ਇੰਡੀਆ ਨਿਊਜ਼। ਉੱਥੇ ਹੀ ਬਰਨਾਲਾ ਦੀ ਮੰਡੀ ਵਿੱਚ ਬੈਠਾ ਕਿਸਾਨਾਂ ਦੇ ਵੱਲੋਂ ਇਹ ਤਿਉਹਾਰ ਨਹੀਂ ਮਨਾਇਆ ਜਾ ਰਿਹਾ। ਕਿਸਾਨਾਂ ਦਾ ਕਹਿਣਾ ਕਿ ਸਰਕਾਰ ਦੇ ਵੱਲੋਂ ਉਹਨਾਂ ਦੀ ਝੋਨੇ ਦੀ ਫਸਲ ਜਿਹੜੀ ਹੈ ਖਰੀਦੀ ਨਹੀਂ ਜਾ ਰਹੀ, ਜਿਸ ਦੇ ਕਰਕੇ ਉਹ ਘਰ ਨਹੀਂ ਜਾ ਸਕਦੇ। ਉਹਨਾਂ ਕਿਹਾ ਕਿ ਫਸਲ ਨਾ ਫਿਕਰ ਕਰਕੇ ਉਹਨਾਂ ਦੀ ਆਰਥਿਕ ਹਾਲਤ ਬਹੁਤ ਕਮਜ਼ੋਰ ਹੋ ਗਈ ਹੈ। ਦੀਵਾਲੀ ਮਨਾਉਣ ਦੇ ਲਈ ਪੈਸਾ ਹੀ ਨਹੀਂ ਹੈ।